ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿੱਚ ਦੇਰ ਸ਼ਾਮ ਕਾਰ ਸਵਾਰ ਚਾਰ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਤੇ ਇੱਕ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੁਕਾਨ ਮਾਲਕ ਤੋਂ 4 ਲੱਖ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਵਾਮਿੱਤਰ, ਜਿਸ ਦੀ ਮੁਹੱਲਾ ਧਰਮਪੁਰਾ ਕਾਦੀਆਂ ਕੋਲ ਘਿਓ ਖੰਡ ਦੀ ਹੋਲਸੇਲ ਦੀ ਦੁਕਾਨ ਹੈ, ਜਿਸ ਅੰਦਰੋਂ ਦੇਰ ਸ਼ਾਮ ਕਾਰ ਸਵਾਰ 4 ਨੌਜਵਾਨ ਉਸਦੀ ਦੁਕਾਨ ਦੇ ਅੰਦਰ ਦਾਖਲ ਹੋ ਕੇ ਪਿਸਤੌਲ ਦੀ ਨੋਕ ਤੇ ਉਸ ਕੋਲੋਂ ਜ਼ਬਰਦਸਤੀ 4 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਅਤੇ ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਦੁਕਾਨ ਮਾਲਕ ਵਿਸ਼ਵਾਮਿੱਤਰ ਨੇ ਦੱਸਿਆ ਕਿ ਸ਼ਾਮ ਨੂੰ 8 ਵਜੇ ਦੇ ਕਰੀਬ ਜਦ ਉਹ ਦੁਕਾਨ ਬੰਦ ਕਰਨ ਲੱਗਿਆ ਤਾਂ 4 ਨੌਜਵਾਨ ਉਸਦੀ ਦੁਕਾਨ ਵਿੱਚ ਦਾਖਲ ਹੋਏ, ਜਿਨ੍ਹਾਂ ਕੋਲ ਇੱਕ ਪਿਸਤੌਲ ਸੀ ਅਤੇ ਉਹ ਉਸ ਤੋਂ ਧੱਕੇ ਨਾਲ ਪਿਸਤੌਲ ਦਿਖਾ ਕੇ 4 ਲੱਖ ਰੁਪਏ ਦੇ ਕਰੀਬ ਦੁਕਾਨ ਦੀ ਸੇਲ ਲੈ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਉਹਨਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇੱਕ ਵਾਰ ਤੁਸੀਂ ਵੀ ਸੁਣ ਲਓ ਕਿ ਇਸ ਮਾਮਲੇ ਨੂੰ ਲੈ ਕੇ ਦੁਕਾਨ ਮਾਲਕ ਦਾ ਕੀ ਕਹਿਣਾ ਹੈ। ਬਾਜੀ, ਮੈਂ ਬੈਗ ਲੈ ਕੇ ਨਿਕਲਣਾ ਪਿਆ ਬਾਹਰ ਤੋਂ, ਹਾਂਜੀ, ਅਤੇ ਇਹ ਬੰਦਾ ਸੀ ਬਾਹਰ ਖੜਾ, ਇਹਨੂੰ ਐ ਮਾਰਿਆ ਜਿਫਾ, ਅਤੇ ਉਹਨਾਂ ਇਹ ਬੂਹਾ ਖੋਲ ਕੇ ਅੰਦਰ ਬੈਗ ਫੜਾ ਹੋਈ, ਮੈਂ ਕਿਉਂ ਉਹਨਾਂ ਪਿਸਤੌਲ ਕੱਢ ਲਿਆ, 1, 2, 3 ਬੈਗ, ਮੋਬਾਈਲ 'ਤੇ ਮੇਰਾ ਉਹ ਵੀ ਖੋਲ ਲੈ ਗਿਆ। ਕਿੰਨੇ ਪੈਸੇ ਟੋਟਲ? 2,000 ਵਧੀ ਹੈ, ਮੈਂ ਗਿਣਤੀ ਕਰੂੰਗਾ। ਜਦ ਉਧਰ ਦੂਜੇ ਪਾਸੇ ਮੌਕੇ ਤੇ ਪੁੱਜੇ DSP ਬਟਾਲਾ ਲਖਵਿੰਦਰ ਸਿੰਘ ਅਤੇ ਪੁਲਿਸ ਥਾਣਾ ਕਾਦੀਆਂ ਦੇ SHO ਪਰਮਿੰਦਰ ਸਿੰਘ ਸਿੱਧੂ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ CCTV ਕੈਮਰੇ ਨੂੰ ਕਬਜ਼ੇ 'ਚ ਲੈ ਕੇ ਦੁਕਾਨ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖੰਡ ਘਿਓ ਦੀ ਹੋਲਸੇਲ ਦੀ ਦੁਕਾਨ ਸੀਗੀ ਵਿਸ਼ਵਾਮਿੱਤਰ ਦੀ, ਜਦੋਂ ਆਪਣਾ ਕੈਸ਼ ਸਾਰੇ ਦਿਨ ਦਾ ਲੈ ਕੇ ਨਿਕਲਣ ਲੱਗਾ ਸੀਗਾ ਅਤੇ 4 ਨੌਜਵਾਨ ਮੋਨੇ ਆਏ ਨੇ ਵਰਨਾ ਗੱਡੀ ਵਾਈਟ ਕਲਰ, ਉਹਨਾਂ ਦੇ ਮੁਤਾਬਕ ਉਹਨਾਂ ਦਾ 4 ਲੱਖ ਰੁਪਈਏ ਦਾ ਉਹਨਾਂ ਕਿਹਾ, ਮੰਗਿਆ ਵੀ ਬੈਗ ਦੇ ਦਿਉ, ਉਹਨਾਂ ਨੇ ਬੈਗ ਦੇ ਦਿੱਤਾ ਉਹਨਾਂ ਨੂੰ ਅਤੇ ਉਹ ਬੈਗ ਖੋਲ ਕੇ ਲੈ ਗਏ। ਮੌਕੇ 'ਤੇ ਪਹੁੰਚੇ ਹਾਂ, ਸਾਰੇ CCTV ਕੈਮਰੇ ਚੈੱਕ ਕਰ ਰਹੇ ਹਾਂ, ਪਰਚਾ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ। ਜਲਦੀ ਬਣੇ ਜਾਣਗੇ, ਹਾਂ ਕੁਛ ਕਰਾਂਗੇ, ਫੋਟੋ ਕਲੀਅਰ ਨੇ ਸਾਰੇ। ਬੁਲਾ ਨਿਊਜ਼ ਲਈ ਬਟਾਲਾ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ।